ਖੰਨੇ ਦੀ ਜੀਟੀਬੀ ਮਾਰਕੀਟ ਦੇ ਪਿੱਛੇ ਸਥਿਤ ਕੁੜੀਆਂ ਦੇ ਸਰਕਾਰੀ ਸਕੂਲ 'ਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਇੱਥੇ ਕੰਟੀਨ ਵਾਲੇ ਨੇ ਚਾਹ ਦੇ 16,000 ਰੁਪਏ ਨਾ ਮਿਲਣ 'ਤੇ ਸਕੂਲ ਦੇ ਬਾਹਰ ਇਕੱਲੇ ਨੇ ਧਰਨਾ ਲਗਾ ਦਿੱਤਾ। ਪ੍ਰਿੰਸੀਪਲ ਸਮੇਤ ਸਟਾਫ 'ਤੇ ਚਾਹ ਪੀ ਕੇ ਪੈਸੇ ਨਾ ਦੇਣ ਅਤੇ ਕੰਟੀਨ ਬੰਦ ਕਰਾਉਣ ਦੇ ਇਲਜ਼ਾਮ ਲਗਾਏ। ਧਰਨੇ 'ਤੇ ਬੈਠੇ ਗੌਰਵ ਕੁਮਾਰ ਦੀ ਫੋਨ ਰਾਹੀਂ ਪ੍ਰਿੰਸੀਪਲ ਦੀ ਗੱਲ ਵੀ ਕਰਾਈ ਗਈ। ਕੰਟੀਨ ਵਾਲੇ ਨੇ ਇਨਸਾਫ ਦੀ ਮੰਗ ਕੀਤੀ। ਗੌਰਵ ਕੁਮਾਰ ਅਨੁਸਾਰ ਉਸਨੇ ਕੁੜੀਆਂ ਦੇ ਸਕੂਲ ਦੀ ਕੰਟੀਨ ਦਾ ਠੇਕਾ ਲਿਆ ਸੀ। ਠੇਕਾ ਦਿੰਦੇ ਸਮੇਂ ਪਹਿਲਾਂ ਇਹ ਸ਼ਰਤ ਰੱਖੀ ਗਈ ਕਿ ਰੋਜ਼ ਦੇ 5 ਕੱਪ ਚਾਹ ਸਟਾਫ ਨੂੰ ਮੁਫ਼ਤ ਦੇਣੀ ਪੈਣੀ ਹੈ, ਜੋ ਉਹ ਲਗਾਤਾਰ ਪਿਲਾਉਂਦਾ ਰਿਹਾ। ਹੁਣ ਉਸਨੂੰ 30 ਅਪ੍ਰੈਲ ਨੂੰ ਕੰਟੀਨ ਬੰਦ ਕਰਨ ਦਾ ਹੁਕਮ ਜਾਰੀ ਕਰਕੇ ਅੱਜ ਹੀ ਕਹਿ ਦਿੱਤਾ ਗਿਆ ਕਿ ਕੰਟੀਨ ਨਹੀਂ ਖੋਲ੍ਹਣੀ। ਜਦੋਂ ਉਸਨੇ ਆਪਣਾ ਬਕਾਇਆ ਪੈਸੇ ਕਰੀਬ 16,000 ਰੁਪਏ ਮੰਗੇ ਤਾਂ ਪ੍ਰਿੰਸੀਪਲ ਨੇ ਸਾਫ਼ ਜਵਾਬ ਦਿੱਤਾ ਕਿ ਕਿਹੜੇ ਪੈਸੇ। ਕੀ ਨਾਮ ਤੁਹਾਡਾ? ਵਰੁਣ ਕੁਮਾਰ ਜੀ। ਕੀ ਗੱਲ ਜਿਹੜੀ ਆ ਸਕੂਲ ਦੇ ਸਰਕਾਰੀ ਸਕੂਲ ਦੇ ਬਾਹਰ ਧਰਨਾ ਲਾ ਕੇ ਬੈਠੇ ਹੋ? ਸਰ ਇਹ ਮੇਰਾ ਨਾ ਜੀ 30 ਇਹਨਾਂ ਤੋਂ ਕਿਸੇ ਦਾ ਟੈਂਡਰ ਲਿਆ ਸੀਗਾ, ਠੇਕਾ ਭਰਿਆ ਸੀਗਾ 55,000 ਰੁਪਏ ਦਾ ਜੀ, ਅਤੇ ਮੇਰਾ 16-17,000 ਰੁਪਇਆ ਇਹਨਾਂ ਕੰਨੀ ਖੜਾ ਜੀ, ਉਹ ਨਹੀਂ ਪੇ ਕਰਦੇ ਪਏ ਮੈਨੂੰ। 3,000 ਰੁਪਏ ਪਿੱਛੇ ਮੇਰੀ ਕੰਟੀਨ ਬੰਦ ਕਰਤੀ ਇਹਨਾਂ ਨੇ ਜੀ। 16-17,000 ਮੈਂ ਇਹਨੇ ਚਾਹ ਚੂਹ ਦਾ ਬਿੱਲ ਪ੍ਰਿੰਸੀਪਲ ਦਾ, ਹੋਰ ਸੈਮੀਨਾਰ ਵਗੈਰਾ ਲੱਗੇ ਆ ਜੀ, ਹੋਰ ਬਹੁਤ ਕੁਛ ਹੋਇਆ ਜੀ, ਲੇਬਰ ਦੇ ਪੈਸੇ ਨੇ ਜੀ। ਕਿਉਂ ਨਹੀਂ ਦੇ ਰਹੇ ਪੈਸੇ? ਸਰ ਇਹ ਕਹਿ ਰਹੇ ਉੱਪਰੋਂ ਪਾਸ ਨਹੀਂ ਹੋਏ ਜੀ। ਕਿੰਨੇ ਚਿਰ ਦੇ ਪੈਸੇ ਨੇ? ਸਰ ਇੱਕ ਤਾਂ ਹੈਗੇ 1.5 ਮਹੀਨੇ ਦੇ ਪੈਸੇ, ਇੱਕ ਹੈਗੇ 9 ਮਹੀਨੇ ਦੇ ਪੈਸੇ। ਕਿੰਨੇ ਕਿੰਨੇ ਚਾਹ ਪੀਤੀ ਇੰਨੇ ਪੈਸੇ? ਪ੍ਰਿੰਸੀਪਲ ਦੇ ਦਫ਼ਤਰ ਗਈ ਹੈ, ਕਲਰਕ ਰੂਮ ਦੇ ਰੋਜ਼ 5 ਕੱਪ ਫ੍ਰੀ ਜਾਂਦੇ ਆ, ਉਹਨਾਂ ਦਾ ਕੋਈ ਪੈਸਾ ਨਹੀਂ ਮਿਲਦਾ ਜੀ। ਉਹ ਕਿਉਂ ਫ੍ਰੀ ਜਾਂਦੇ ਨੇ? ਇਹ ਮੰਗਦੇ ਆ ਜੀ ਵੀ ਸਾਨੂੰ 5 ਕੱਪ ਰਹੋ ਅਤੇ ਫ੍ਰੀ ਚਾਹੀਦੇ ਆ। ਜੇ ਫ੍ਰੀ ਨਹੀਂ ਦਿੰਦੇ ਫਿਰ ਕੰਟੀਨ ਛੱਡੀ ਪੈਂਦੀ। ਇਹਨਾਂ ਨੇ ਪਹਿਲਾਂ ਕਿਹਾ ਸੀ ਵੀ ਸਾਨੂੰ ਫ੍ਰੀ, ਮੈਂ ਕਿਹਾ ਚਲੋ ਕੋਈ ਨਹੀਂ ਦੇ ਦਿਆ ਕਰਾਂਗੇ ਜੀ, ਪਰ ਹੁਣ ਮੇਰੇ ਮੈਂ ਆਪਣਾ ਆਪ ਜ਼ਿਆਦਾ ਇੰਨਾ ਔਖਾ ਹੋਇਆ ਪਿਆ, ਪਰ ਮੇਰੇ ਕੋਲ ਪੈਸੇ ਨਹੀਂ ਸੀਗੇ ਭਰਾ ਨੂੰ। ਇਹਨਾਂ ਨੇ ਕੰਟੀਨ ਬੰਦ ਕਰਵਾ ਦਿੱਤੀ ਜੀ, ਕਹਿੰਦੇ ਕੰਟੀਨ ਨਹੀਂ ਖੋਲ੍ਹਣੀ ਤੁਸੀਂ। ਕਿਹਨਾਂ ਨੇ ਕਿਹਾ ਜੀ? ਇਹ ਪ੍ਰਿੰਸੀਪਲ ਸਰ ਨੇ ਜੀ। ਤੁਹਾਨੂੰ ਕੀ ਲੱਗਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ ਹੋ ਸਕਦੀ ਹੈ? ਸਾਜ਼ਿਸ਼ ਸਰ ਇਹ ਮੈਨੂੰ ਭਜਾਉਣਾ ਚਾਹੁੰਦੇ ਨੇ ਜੀ, ਬਸ ਹੋਰ ਕੀ ਹੈ ਜੀ। 30 ਅਪ੍ਰੈਲ ਨੂੰ ਕਹਿੰਦੇ ਖਾਲੀ ਕਰ ਦਿਓ ਇਹ। ਹੋਰ ਕਾਰੋਬਾਰ ਹੈ ਤੁਹਾਡੇ ਘਰ ਦਾ ਗੁਜ਼ਾਰਾ ਚੱਲੇ? ਹੋਰ ਮੇਰਾ ਕੋਈ ਕਾਰੋਬਾਰ ਨਹੀਂ ਸਰ। ਹੁਣ ਕੀ ਮੰਗ ਕਰਦੇ ਹੋ? ਸਰ ਮੈਂ ਇਹੀ ਮੰਗ ਕਰਦਾ ਵੀ ਮੈਨੂੰ ਮੇਰੇ ਪੈਸੇ ਤੋਂ ਆਏ ਜਾਣ ਅਤੇ ਮੇਰੀ ਕੰਟੀਨ ਖੁਲਾਈ ਜਾਵੇ ਜੀ। ਨਹੀਂ ਇਨਸਾਫ ਮਿਲਦਾ ਫਿਰ ਕੀ ਕਰੋਗੇ? ਫਿਰ ਮੈਂ ਸਰ ਧਰਨੇ 'ਤੇ ਬੈਠੂੰਗਾ ਜੀ।